ਹਰੀ ਸਿੰਘ ਨਲੂਆ ਜਿਸ ਦਾ ਨਾਮ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਗਿਆ ਹੈ, ਜਿਸ ਨੇ ਖਾਲਸਾ ਰਾਜ ਨੂੰ ਅਫਗਾਨਿਸਤਾਨ ਤੱਕ ਫੈਲਾ ਦਿੱਤਾ ਸੀ, ਜਿਸ ਦੀ ਸ਼ਹਾਦਤ ਤੋਂ ਬਾਅਦ ਖਾਲਸਾ ਰਾਜ ਇੱਕ ਇੰਚ ਵੀ ਅੱਗੇ ਨਹੀਂ ਵੱਧ ਸਕਿਆ। ਹਰੀ ਸਿੰਘ ਨਲੂਆ ਦੇ ਜੀਵਨ ਬਾਰੇ ਅੱਜ ਅਸੀਂ 10 ਅਜਿਹੀਆਂ ਜਾਣਕਾਰੀਆਂ ਤੁਹਾਨੂੰ ਦੱਸਾਂਗੇ ਜੋ ਤੁਸੀਂ ਕਦੇ ਨਹੀਂ ਸੁਣੀਆਂ ਹੋਣਗੀਆਂ। ਸੋ ਵੀਡੀਓ ਨੂੰ ਆਖਰ ਤੱਕ ਦੇਖਿਓ। ਚਲੋ ਟਾਈਮ ਨੂੰ ਵੇਸਟ ਨਾ ਕਰਦੇ ਹੋਏ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਹਰੀ ਸਿੰਘ ਨਲੂਆ ਦਾ ਜਨਮ ਗੁਜਰਾਵਾਲ ਵਿੱਚ ਹੋਇਆ ਸੀ। ਬਹਾਦਰੀ ਇਹਨਾਂ ਦੇ ਖੂਨ ਵਿੱਚ ਹੀ ਸੀ। ਇਹਨਾਂ ਦੇ ਪੜਦਾਦਾ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਸੀ। ਇਹਨਾਂ ਦੇ ਦਾਦਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਦਾਦੇ ਮਹਾਰਾਜਾ ਚੜ੍ਹਤ ਸਿੰਘ ਨਾਲ ਖਾਲਸਾ ਫੌਜ ਵੀ ਸਨ, ਅਤੇ ਇਸੇ ਤਰ੍ਹਾਂ ਇਹਨਾਂ ਦੇ ਪਿਤਾ ਗੁਰਦਿਆਲ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਮਹਾਂ ਸਿੰਘ ਜੀ ਦੇ ਨਾਲ ਫੌਜ ਵਿੱਚ ਸਨ। 7 ਸਾਲ ਦੀ ਉਮਰ ਵਿੱਚ ਇਹਨਾਂ ਦੇ ਪਿਤਾ ਜੀ ਦਾ ਦੇਹਾਂਤ ਹੋ ਜਾਂਦਾ ਹੈ। ਫਿਰ ਇਹਨਾਂ ਦੇ ਮਾਤਾ ਜੀ ਧਰਮ ਕੌਰ ਇਹਨਾਂ ਨੂੰ ਨਾਨਕੇ ਪਿੰਡ ਲੈ ਜਾਂਦੇ ਹਨ, ਜਿੱਥੇ ਇਹ ਸ਼ਸਤਰ ਵਿੱਦਿਆ, ਘੋੜਸਵਾਰੀ, ਤਲਵਾਰਬਾਜ਼ੀ ਦੀ ਸਿਖਲਾਈ ਲੈਂਦੇ ਹਨ। ਮਹਾਰਾਜਾ ਰਣਜੀਤ ਸਿੰਘ ਜੀ ਆਪਣੀ ਰਾਜਧਾਨੀ ਲਾਹੌਰ ਵਿੱਚ ਹਰ ਸਾਲ ਬਸੰਤ ਪੰਚਮੀ ਦੇ ਸਮੇਂ ਇੱਕ ਮੇਲਾ ਲਗਾਉਂਦੇ ਸਨ, ਜਿਸ ਨੂੰ ਬਸੰਤੀ ਦਰਬਾਰ ਕਿਹਾ ਜਾਂਦਾ ਸੀ, ਜਿੱਥੇ ਮਹਾਨ ਯੋਧੇ ਸੂਰਬੀਰ ਨੌਜਵਾਨ ਆਪਣੇ ਸਰੀਰਕ ਬਲ ਅਤੇ ਸ਼ਸਤਰ ਵਿੱਦਿਆ ਦੇ ਜੌਹਰ ਦਿਖਾਉਂਦੇ ਸਨ। 14 ਸਾਲ ਦੀ ਉਮਰ ਵਿੱਚ ਹਰੀ ਸਿੰਘ ਨਲੂਆ ਆਪਣੇ ਮਾਮੇ ਨਾਲ ਇੱਥੇ ਜਾਂਦੇ ਹਨ ਅਤੇ ਅਜਿਹੀ ਤਲਵਾਰਬਾਜ਼ੀ ਦਾ ਪ੍ਰਦਰਸ਼ਨ ਕਰਦੇ ਹਨ ਕਿ ਸਭ ਹੈਰਾਨ ਹੋ ਜਾਂਦੇ ਨੇ। ਮਹਾਰਾਜਾ ਰਣਜੀਤ ਸਿੰਘ ਜੀ ਉੱਥੇ ਪੁੱਛਦੇ ਹਨ ਕਿ ਇਹ ਨੌਜਵਾਨ ਕੌਣ ਹੈ, ਤਾਂ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਇਹ ਗੁਰਦਿਆਲ ਸਿੰਘ ਜੀ ਦੇ ਪੁੱਤਰ ਹਨ। ਤਾਂ ਮਹਾਰਾਜਾ ਰਣਜੀਤ ਸਿੰਘ ਜੀ ਖੁਸ਼ ਹੋ ਕੇ ਆਪਣੇ ਗਲੇ ਦਾ ਕੈਂਠਾ ਇਹਨਾਂ ਨੂੰ ਦਿੰਦੇ ਹਨ ਅਤੇ ਆਪਣੀ ਸੈਨਾ ਵਿੱਚ ਭਰਤੀ ਕਰਦੇ ਹਨ। ਮਹਾਰਾਜਾ ਰਣਜੀਤ ਸਿੰਘ ਜੀ ਹਰੀ ਸਿੰਘ ਨਲੂਆ ਦੀ ਤਲਵਾਰਬਾਜ਼ੀ ਤੋਂ ਇੰਨੇ ਖੁਸ਼ ਸਨ ਕਿ ਇਹਨਾਂ ਨੂੰ ਆਪਣਾ ਪਰਸਨਲ ਬੋਡੀਗਾਰਡ ਰੱਖਦੇ ਹਨ। ਕਹਿੰਦੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਜੀ ਆਪਣੇ ਕੁਝ ਸਿਪਾਹੀਆਂ ਨਾਲ ਸ਼ਿਕਾਰ ਖੇਡਣ ਲਈ ਜੰਗਲ ਵਿੱਚ ਜਾਂਦੇ ਹਨ। ਇਹਨਾਂ ਦੇ ਨਾਲ ਹਰੀ ਸਿੰਘ ਨਲੂਆ ਜੀ ਵੀ ਹੁੰਦੇ ਹਨ। ਜੰਗਲ ਵਿੱਚ ਇਹਨਾਂ ਦਾ ਸਾਹਮਣਾ ਇੱਕ ਆਦਮਖੋਰ ਸ਼ੇਰ ਨਾਲ ਹੋ ਜਾਂਦਾ ਹੈ। ਮਹਾਰਾਜਾ ਸਭ ਤੋਂ ਅੱਗੇ ਹੋਣ ਕਾਰਨ ਸ਼ੇਰ ਉਹਨਾਂ 'ਤੇ ਹਮਲਾ ਕਰਨ ਹੀ ਲੱਗਦਾ ਹੈ ਕਿ ਹਰੀ ਸਿੰਘ ਨਲੂਆ ਜੀ ਇੱਕਦਮ ਆਪਣੇ ਘੋੜੇ ਤੋਂ ਛਲਾਂਗ ਲਗਾ ਕੇ ਸ਼ੇਰੇ ਦੇ ਜਬੜੇ ਫੜ ਲੈਂਦੇ ਹਨ। ਤੁਹਾਨੂੰ ਦੱਸ ਦਈਏ, ਸ਼ੇਰ ਦੇ ਜਬੜਿਆਂ ਵਿੱਚ ਬੰਦੇ ਨਾਲੋਂ 10 ਗੁਣਾ ਜ਼ਿਆਦਾ ਪਾਵਰ ਹੁੰਦੀ ਹੈ। ਜਿੱਥੇ ਹਿਊਮਨ ਦੀ ਬਾਈਟ 150 PSI ਹੁੰਦੀ ਹੈ, ਉੱਥੇ ਹੀ ਸ਼ੇਰ ਦੀ 1000 PSI ਦੇ ਬਰਾਬਰ ਹੁੰਦੀ ਹੈ। ਕਹਿੰਦੇ ਹਨ ਹਰੀ ਸਿੰਘ ਨਲੂਆ ਨੇ ਸ਼ੇਰ ਦੇ ਜਬਾੜਿਆਂ ਨੂੰ ਮਿੰਟਾਂ ਵਿੱਚ ਹੀ ਪਾੜ ਕੇ ਰੱਖ ਦਿੱਤਾ। ਅੱਧ ਮਰਿਆ ਸ਼ੇਰ ਜਦੋਂ ਦੁਬਾਰਾ ਹਮਲਾ ਕਰਨ ਲੱਗਦਾ ਹੈ ਤਾਂ ਹਰੀ ਸਿੰਘ ਨਲੂਆ ਉਸਨੂੰ ਆਪਣੇ ਸ੍ਰੀ ਸਾਹਿਬ ਨਾਲ ਹੀ ਮਾਰ ਦਿੰਦੇ ਹਨ। ਉਸ ਸਮੇਂ ਤੋਂ ਹੀ ਇਹਨਾਂ ਦੇ ਨਾਮ ਨਾਲ ਨਲਵਾ ਸ਼ਬਦ ਲਗਾ ਦਿੱਤਾ ਗਿਆ। ਪੁਰਾਣੇ ਸਮਿਆਂ ਵਿੱਚ ਇੱਕ ਰਾਜਾ ਨਲ ਹੋਇਆ ਹੈ ਜੋ ਸ਼ੇਰ ਦੇ ਸਾਹਮਣੇ ਬੇਖੌਫ ਹੋ ਕੇ ਖੜ੍ਹ ਜਾਂਦਾ ਸੀ। ਉਸ ਦੇ ਨਾਮ ਤੋਂ ਹੀ ਮਹਾਰਾਜਾ ਰਣਜੀਤ ਸਿੰਘ ਜੀ ਨਲਵਾ ਸ਼ਬਦ ਇਹਨਾਂ ਦੇ ਨਾਮ ਨਾਲ ਲਗਾਉਂਦੇ ਹਨ। ਅਤੇ ਮਹਾਰਾਜਾ ਰਣਜੀਤ ਸਿੰਘ ਜੀ ਕਹਿੰਦੇ ਹਨ, ਅਸੀਂ ਰਾਜਾ ਨਲ ਤਾਂ ਕਦੇ ਨਹੀਂ ਦੇਖਿਆ, ਪਰ ਸਾਡੇ ਲਈ ਤਾਂ ਤੂੰ ਹੀ ਰਾਜਾ ਨਲ ਹੈ। ਹਰੀ ਸਿੰਘ ਨਲੂਆ ਜੀ ਦੀ ਬਹਾਦਰੀ ਤੋਂ ਖੁਸ਼ ਹੋ ਕੇ ਮਹਾਰਾਜਾ ਰਣਜੀਤ ਸਿੰਘ ਜੀ ਇਹਨਾਂ ਨੂੰ ਸ਼ੇਰ ਦਿਲ ਰੈਜੀਮੈਂਟ ਦਾ ਕਮਾਂਡਰ ਬਣਾ ਦਿੰਦੇ ਹਨ, ਜਿਸ ਸਮੇਂ ਇਸ ਰੈਜੀਮੈਂਟ ਵਿੱਚ 700 ਸਿਪਾਹੀ ਸਨ। ਇੱਥੋਂ ਹੀ ਇਹਨਾਂ ਦੀ ਜ਼ਿੰਦਗੀ ਵਿੱਚ ਜੰਗਾਂ ਦੀ ਸ਼ੁਰੂਆਤ ਹੁੰਦੀ ਹੈ। ਇਸ ਸਮੇਂ ਦੇ ਦੌਰਾਨ ਇਹਨਾਂ ਦੀ ਉਮਰ 16 ਸਾਲ ਸੀ। 16 ਸਾਲ ਦੀ ਉਮਰ ਵਿੱਚ ਹੀ ਹਰੀ ਸਿੰਘ ਨਲੂਆ ਜੀ ਨੇ ਕਸੂਰ ਨੂੰ ਜਿੱਤਿਆ ਸੀ। ਇਸ ਤੋਂ ਬਾਅਦ ਉਹ ਪਿੱਛੇ ਮੁੜ ਕੇ ਨਹੀਂ ਦੇਖਦੇ ਅਤੇ ਕਸੂਰ ਤੋਂ ਬਾਅਦ ਕਸ਼ਮੀਰ, ਪਿਸ਼ਾਵਰ, ਅਟਕ, ਜਮਰੌਤ ਤੋਂ ਇਲਾਵਾ ਇਹਨਾਂ ਨਾਲ ਲੱਗਦੇ ਬਹੁਤ ਸਾਰੇ ਇਲਾਕਿਆਂ ਨੂੰ ਵੀ ਜਿੱਤ ਲੈਂਦੇ ਹਨ। ਸਿਰਫ ਅਫਗਾਨੀਆਂ ਦੇ ਖਿਲਾਫ ਹੀ ਹਰੀ ਸਿੰਘ ਨਲੂਆ ਜੀ ਨੇ 20 ਜੰਗਾਂ ਲੜੀਆਂ ਸਨ ਅਤੇ ਸਾਰੀਆਂ ਜੰਗਾਂ ਵਿੱਚ ਅਫਗਾਨੀਆਂ ਨੂੰ ਬੁਰੇ ਤਰੀਕੇ ਨਾਲ ਹਰਾਇਆ ਸੀ। ਹਰੀ ਸਿੰਘ ਨਲੂਆ ਲਗਭਗ 2 ਸਾਲ ਕਸ਼ਮੀਰ ਦੇ ਗਵਰਨਰ ਵੀ ਰਹੇ ਹਨ। ਇਹਨਾਂ ਦੇ ਰਾਜ ਪ੍ਰਬੰਧ ਦੌਰਾਨ ਕਸ਼ਮੀਰ ਦੇ ਇਲਾਕੇ ਨੇ ਬਹੁਤ ਤਰੱਕੀ ਕੀਤੀ ਸੀ। ਸਭ ਤੋਂ ਪਹਿਲਾਂ ਇਹਨਾਂ ਨੇ ਇੱਥੇ ਗਊ ਹੱਤਿਆ ਨੂੰ ਬੰਦ ਕਰਵਾਇਆ। ਫਿਰ ਮੁਗਲਾਂ ਵੱਲੋਂ ਧੱਕੇ ਨਾਲ ਜਿਨ੍ਹਾਂ ਲੋਕਾਂ ਦੇ ਧਰਮ ਪਰਿਵਰਤਨ ਕਰਵਾਏ ਗਏ ਸੀ ਉਹਨਾਂ ਨੂੰ ਫਰੀਡਮ ਦਿੱਤੀ ਕਿ ਜੇਕਰ ਤੁਸੀਂ ਚਾਹੁੰਦੇ ਹੋ ਤਾਂ ਆਪਣੇ ਧਰਮਾਂ ਵਿੱਚ ਵਾਪਸ ਆ ਸਕਦੇ ਹੋ। ਕਹਿੰਦੇ ਹਨ ਕਿ ਉਸ ਸਮੇਂ 40,000 ਦੇ ਕਰੀਬ ਕਸ਼ਮੀਰੀ ਪੰਡਿਤਾਂ ਨੇ ਆਪਣਾ ਧਰਮ ਵਾਪਸ ਬਣਾਇਆ ਸੀ। ਇਸੇ ਕਰਕੇ ਇੱਥੇ ਦੇ ਲੋਕ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਅਤੇ ਪਿਆਰ ਕਰਦੇ ਸੀ। ਇਸ ਤੋਂ ਬਾਅਦ ਉਹ ਸਿੱਖ ਰਾਜ ਲਈ ਸਭ ਤੋਂ ਅਹਿਮ ਇਲਾਕੇ ਜਮਰੌਤ ਵੱਲ ਤੁਰਦੇ ਹਨ, ਜਿਸ ਵਿੱਚ ਇੱਕ ਇਲਾਕਾ ਆਉਂਦਾ ਹੈ ਦਰਾ ਖੈਬਰ, ਜਿਹੜਾ ਅਫਗਾਨੀਆਂ ਵੱਲੋਂ ਭਾਰਤ ਵਿੱਚ ਐਂਟਰ ਹੋਣ ਲਈ ਇੱਕੋ ਇੱਕ ਰਸਤਾ ਸੀ। ਇਸ ਰਸਤੇ ਆ ਕੇ ਕਈ ਵਾਰ ਅਫਗਾਨਾਂ ਵੱਲੋਂ ਭਾਰਤ ਨੂੰ ਲੁੱਟਿਆ ਜਾਂਦਾ ਸੀ। ਇਸ ਲਈ ਇਸ ਨੂੰ ਉਸ ਸਮੇਂ ਤੱਕ ਕੋਈ ਵੀ ਜਿੱਤ ਨਹੀਂ ਸੀ ਸਕਿਆ। ਇਸ ਨੂੰ ਹੁਣ ਤੱਕ ਸਿਰਫ ਹਰੀ ਸਿੰਘ ਨਲੂਆ ਜੀ ਨੇ ਹੀ ਜਿੱਤਿਆ ਸੀ ਅਤੇ ਇੱਥੇ ਇੱਕ ਉਹਨਾਂ ਨੇ ਕਿਲ੍ਹਾ ਬਣਵਾਇਆ, ਜਿਸ ਤੋਂ ਬਾਅਦ ਕਦੇ ਵੀ ਇਸ ਰਸਤੇ ਤੋਂ ਭਾਰਤ ਉੱਤੇ ਹਮਲਾ ਨਹੀਂ ਹੋਇਆ। ਇਸ ਨੂੰ ਅੰਗਰੇਜ਼ ਗੇਟਵੇ ਆਫ ਇੰਡੀਆ ਕਹਿੰਦੇ ਸੀ। ਅੱਜ ਕੱਲ੍ਹ ਤੁਸੀਂ ਅਫਗਾਨੀ ਸਲਵਾਰਾਂ ਦਾ ਅਫਗਾਨ ਵਿੱਚ ਬਹੁਤ ਟ੍ਰੈਂਡ ਦੇਖਦੇ ਹੋਵੋਗੇ, ਪਰ ਹਰੀ ਸਿੰਘ ਨਲੂਆ ਜੀ ਦੇ ਸਮੇਂ ਅਫਗਾਨੀਆਂ ਨੇ ਇਹ ਸਲਵਾਰਾਂ ਅਤੇ ਬੁਰਕੇ ਹਰੀ ਸਿੰਘ ਨਲੂਆ ਦੇ ਡਰ ਤੋਂ ਪਾਉਣੇ ਸ਼ੁਰੂ ਕੀਤੇ ਸੀ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਹ ਔਰਤਾਂ, ਬੱਚਿਆਂ ਅਤੇ ਬੁੱਢਿਆਂ ਨੂੰ ਕੁਝ ਨਹੀਂ ਕਹਿੰਦੇ। ਜਮਰੌਤ ਦਾ ਉਸ ਸਮੇਂ ਇੱਕ ਬਹੁਤ ਵੱਡਾ ਬਹਾਦਰ ਪਠਾਨ ਸੀ ਗੁਲਫਾਮ, ਜਿਸ ਦੇ ਉਸ ਸਮੇਂ ਬਹੁਤ ਚਰਚੇ ਸੀ। ਇੱਕ ਦਿਨ ਉਹ ਆਪਣੀ ਘਰਵਾਲੀ ਨੂੰ ਕਹਿੰਦਾ ਹੈ ਕਿ ਚੱਲ ਆਪਾਂ ਨੂੰ ਘਰ ਛੱਡ ਕੇ ਕਿਤੇ ਦੂਰ ਜਾਣਾ ਪਵੇਗਾ, ਕਿਉਂਕਿ ਹਰੀ ਸਿੰਘ ਨਲੂਆ ਅੱਗੇ ਉਹਨਾਂ ਦੇ ਸ਼ਹਿਰ ਵੱਲ ਵੱਧ ਆ ਰਿਹਾ ਹੈ। ਉਸ ਦੀ ਘਰਵਾਲੀ ਕਹਿੰਦੀ ਹੈ ਕਿ ਤੂੰ ਤਾਂ ਬੜਾ ਮਹਾਨ ਅਤੇ ਬਹਾਦਰ ਹੈ, ਤੂੰ ਉਸ ਤੋਂ ਕਿਉਂ ਡਰ ਰਿਹਾ,
ਤਾਂ ਅੱਗਿਓਂ ਉਹ ਗੁਲਫਾਮ ਜਵਾਬ ਦਿੰਦਾ ਕਿ ਪੂਰੀ ਦੁਨੀਆ ਦਾ ਮੈਂ ਮੁਕਾਬਲਾ ਕਰ ਸਕਦਾ ਪਰ ਹਰੀ ਸਿੰਘ ਨਲੂਆ ਦਾ ਨਹੀਂ। ਫਿਰ ਉਸਦੀ ਪਤਨੀ ਸੋਚਦੀ ਹੈ ਕਿ ਦੇਖਾਂ ਤਾਂ ਸਹੀ ਇਹ ਕਿਹੜਾ ਜਰਨੈਲ ਹੈ ਜਿਸਨੇ ਮੇਰੇ ਇੰਨੇ ਵੱਡੇ ਬਹਾਦਰ ਸੂਰਬੀਰ ਪਤੀ ਨੂੰ ਵੀ ਡਰਾ ਦਿੱਤਾ। ਗੁਲਫਾਮ ਦੀ ਪਤਨੀ ਦਾ ਨਾਮ ਬਾਨੋ ਸੀ। ਫਿਰ ਬਾਨੋ ਹਰੀ ਸਿੰਘ ਨਲੂਆ ਨੂੰ ਮਿਲਣ ਲਈ ਜਾਂਦੀ ਹੈ ਤਾਂ ਜੋ ਕਿਸੇ ਤਰੀਕੇ ਹਰੀ ਸਿੰਘ ਨਲੂਆ ਜੀ ਨੂੰ ਬਦਨਾਮ ਕੀਤਾ ਜਾ ਸਕੇ। ਅਤੇ ਹਰੀ ਸਿੰਘ ਨਲੂਆ ਜੀ ਕੋਲ ਪਹੁੰਚ ਕੇ ਉਹਨਾਂ ਨੂੰ ਕਹਿੰਦੀ ਹੈ ਕਿ ਮੈਂ ਸੁਣਿਆ ਹੈ ਕਿ ਤੁਸੀਂ ਦੁਨੀਆ ਦੇ ਮਹਾਨ ਜਰਨੈਲ ਹੋ, ਮੈਂ ਤੁਹਾਡੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹਾਂ। ਉਸ ਸਮੇਂ ਹਰੀ ਸਿੰਘ ਨਲੂਆ ਜੀ ਦੀ ਉਮਰ 42 ਸਾਲ ਸੀ ਅਤੇ ਬਾਨੋ ਦੀ ਉਮਰ 20 ਸਾਲ। ਹਰੀ ਸਿੰਘ ਨਲੂਆ ਜੀ ਕਹਿੰਦੇ ਹਨ ਕਿ ਮੈਂ ਅਜਿਹਾ ਨਹੀਂ ਕਰ ਸਕਦਾ, ਮੈਂ ਆਲਰੇਡੀ ਸ਼ਾਦੀਸ਼ੁਦਾ ਹਾਂ। ਫਿਰ ਬਾਨੋ ਕਹਿੰਦੀ ਹੈ ਕਿ ਮੈਨੂੰ ਤੁਹਾਡੇ ਸ਼ਾਦੀਸ਼ੁਦਾ ਹੋਣ ਨਾਲ ਕੋਈ ਪ੍ਰੋਬਲਮ ਨਹੀਂ, ਮੈਨੂੰ ਸਿਰਫ ਤੁਹਾਡੇ ਤੋਂ ਇੱਕ ਪੁੱਤਰ ਚਾਹੀਦਾ ਹੈ। ਪਰ ਹਰੀ ਸਿੰਘ ਨਲੂਆ ਜੀ ਗੁੱਸੇ ਵਿੱਚ ਉਸਨੂੰ ਭੇਜ ਦਿੰਦੇ ਆ। ਜਾਂਦੀ ਜਾਂਦੀ ਬਾਨੋ ਕਹਿੰਦੀ ਜਾਂਦੀ ਹੈ ਕਿ ਮੈਂ ਤਾਂ ਸੁਣਿਆ ਸੀ ਸਿੱਖ ਰਾਜ 'ਚੋਂ ਕੋਈ ਖਾਲੀ ਹੱਥ ਨਹੀਂ ਜਾਂਦਾ। ਇਹ ਗੱਲ ਹਰੀ ਸਿੰਘ ਨਲੂਆ ਨੂੰ ਬਹੁਤ ਚੁੱਭਦੀ ਹੈ। ਫਿਰ ਹਰੀ ਸਿੰਘ ਨਲੂਆ ਦੇ ਮਨ ਵਿੱਚ ਆਉਂਦਾ ਹੈ ਕਿ ਸਿੱਖ ਰਾਜ ਵਿੱਚੋਂ ਖਾਲੀ ਹੱਥ ਨਹੀਂ ਸੀ ਭੇਜਣਾ ਚਾਹੀਦਾ ਇਸਨੂੰ। ਉਹ ਆਪਣੇ ਸਿਪਾਹੀਆਂ ਨੂੰ ਉਸ ਪਿੱਛੇ ਭੇਜਦੇ ਹਨ ਉਸ ਲੜਕੀ ਨੂੰ ਬੁਲਾਉਣ ਲਈ। ਜਦੋਂ ਲੜਕੀ ਵਾਪਸ ਆਉਂਦੀ ਹੈ ਤਾਂ ਹਰੀ ਸਿੰਘ ਨਲੂਆ ਜੀ ਕਹਿੰਦੇ ਹਨ ਕਿ ਮੈਂ ਤੈਨੂੰ ਪੁੱਤਰ ਤਾਂ ਨਹੀਂ ਦੇ ਸਕਦਾ ਪਰ ਤੁਸੀਂ ਮੈਨੂੰ ਆਪਣਾ ਪੁੱਤਰ ਸਮਝ ਲਵੋ, ਅੱਜ ਤੋਂ ਮੈਂ ਤੁਹਾਨੂੰ ਆਪਣੀ ਮਾਂ ਮੰਨਾਂਗਾ। ਯਾਦ ਰੱਖੋ ਉਸ ਸਮੇਂ ਉਹਨਾਂ ਦੀ ਉਮਰ 42 ਸਾਲ ਸੀ ਅਤੇ ਬਾਨੋ ਦੀ ਉਮਰ 20 ਸਾਲ। ਇਸ ਤੋਂ ਉਹਨਾਂ ਦੇ ਸੱਚੇ ਅਤੇ ਸਾਫ਼ ਕਿਰਦਾਰ ਦਾ ਪਤਾ ਲੱਗਦਾ ਹੈ। ਇਸ ਗੱਲ ਤੋਂ ਉਹ ਪਠਾਨ ਔਰਤ ਇੰਨੀ ਪ੍ਰਭਾਵਿਤ ਹੋਈ ਕਿ ਉਸਨੇ ਫਿਰ ਸਿੱਖ ਧਰਮ ਅਪਣਾ ਲਿਆ ਸੀ, ਜਿਸ ਨੂੰ ਬੀਬੀ ਬਾਨੋ ਦੇ ਨਾਮ ਨਾਲ ਇਤਿਹਾਸਕਾਰ ਲਿਖਦੇ ਹਨ। ਹਰੀ ਸਿੰਘ ਨਲੂਆ ਜਦੋਂ ਜੰਗਾਂ ਜਿੱਤ ਕੇ ਵਾਪਸ ਮਹਾਰਾਜਾ ਰਣਜੀਤ ਸਿੰਘ ਜੀ ਕੋਲ ਆਉਂਦੇ ਸਨ ਤਾਂ ਮਹਾਰਾਜਾ ਖੁਸ਼ ਹੋ ਕੇ ਜਗੀਰਾਂ ਭੇਟ ਕਰਦੇ ਸਨ ਤਾਂ ਹਰੀ ਸਿੰਘ ਨਲੂਆ ਨੂੰ ਬਹੁਤ ਸਾਰੀ ਮਾਇਆ ਦਿੱਤੀ ਜਾਂਦੀ ਸੀ। ਕਹਿੰਦੇ ਹਨ ਕਿ ਉਹਨਾਂ ਨੂੰ ਜਗੀਰਾਂ ਤੋਂ ਹੀ ਉਸ ਸਮੇਂ 9,93,000 ਰੁਪਏ ਤੱਕ ਦੀ ਇਨਕਮ ਹੁੰਦੀ ਸੀ। ਪਰ ਹਰੀ ਸਿੰਘ ਨਲੂਆ ਦਿਲ ਦੇ ਇੰਨੇ ਰੱਜੇ ਹੋਏ ਸੀ ਕਿ ਸਾਰੇ ਪੈਸੇ ਵਿੱਚੋਂ ਕੁਝ ਕੁ ਆਪਣੇ ਕੋਲ ਰੱਖਦੇ ਸੀ ਅਤੇ ਬਾਕੀ ਸਾਰਾ ਗੁਰਧਾਮਾਂ ਦੀ ਸੇਵਾ 'ਤੇ ਲਗਾ ਦਿੰਦੇ ਸੀ। ਅਕਾਲ ਤਖਤ ਸਾਹਿਬ ਦੇ ਸੋਨੇ ਦੇ ਗੁੰਬਦ ਦੀ ਸੇਵਾ, ਪੰਜਾ ਸਾਹਿਬ, ਤਰਨ ਤਾਰਨ ਅਤੇ ਹੋਰ ਪਤਾ ਨਹੀਂ ਕਿੰਨੇ ਗੁਰਧਾਮਾਂ ਦੀ ਸੇਵਾ ਹਰੀ ਸਿੰਘ ਨਲੂਆ ਜੀ ਨੇ ਕਰਵਾਈ ਸੀ। ਬਾਕੀ ਜੋ ਪੈਸੇ ਉਹਨਾਂ ਕੋਲ ਬਚ ਜਾਂਦੇ ਉਹ ਆਪਣੀ ਫੌਜ ਉੱਪਰ ਖਰਚ ਕਰ ਦਿੰਦੇ ਸੀ। ਕਹਿੰਦੇ ਹਨ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਜਿਹੜੀ ਫੌਜ ਹਰੀ ਸਿੰਘ ਨਲੂਆ ਦੇ ਅੰਡਰ ਆਉਂਦੀ ਸੀ ਉਹ ਸਭ ਤੋਂ ਜ਼ਿਆਦਾ ਬਲਵਾਨ ਸੀ। ਜਿਸ ਸਮੇਂ ਹਰੀ ਸਿੰਘ ਨਲੂਆ ਜੀ ਕਸ਼ਮੀਰ ਦੇ ਗਵਰਨਰ ਸੀ ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਹਨਾਂ ਨੂੰ ਆਪਣੇ ਨਾਮ 'ਤੇ ਸਿੱਕਾ ਚਲਾਉਣ ਲਈ ਕਿਹਾ। ਮਹਾਰਾਜਾ ਰਣਜੀਤ ਸਿੰਘ ਜੀ ਦੇ ਸਿੱਖ ਰਾਜ ਦੇ ਦੌਰਾਨ ਉਹਨਾਂ ਦੇ ਪੋਤੇ ਨੌ ਨਿਹਾਲ ਤੋਂ ਇਲਾਵਾ ਸਿਰਫ ਹਰੀ ਸਿੰਘ ਨਲੂਆ ਹੀ ਸੀ ਜਿਨ੍ਹਾਂ ਦੇ ਨਾਮ 'ਤੇ ਸਿੱਕੇ ਚੱਲਦੇ ਸੀ, ਜਿਨ੍ਹਾਂ ਦੇ ਆਪਣੇ ਨਾਮ 'ਤੇ ਸਿੱਕੇ ਚੱਲਦੇ ਸੀ। ਇਹ ਹੱਕ ਸਿਰਫ ਹਰੀ ਸਿੰਘ ਨਲੂਆ ਨੂੰ ਹੀ ਦਿੱਤਾ ਗਿਆ ਸੀ। ਹਰੀ ਸਿੰਘ ਨਲੂਆ ਜੀ ਨੇ ਫਿਰ ਇਹ ਵਾਲਾ ਸਿੱਕਾ ਚਲਾਇਆ ਸੀ ਜਿਸ ਦੇ ਇੱਕ ਪਾਸੇ ਲਿਖਿਆ ਸੀ ਅਕਾਲ ਸਾਹਿਬ ਅਤੇ ਦੂਸਰੇ ਪਾਸੇ ਹਰੀ ਲਿਖਿਆ ਸੀ। ਫਿਰ ਮੁਜ਼ੱਫਰਾਬਾਦ ਵਿੱਚ ਇਹਨਾਂ ਨੇ ਆਪਣੇ ਨਾਮ ਦਾ ਇੱਕ ਸ਼ਹਿਰ ਵੀ ਵਸਾਇਆ ਸੀ ਜਿਸ ਦਾ ਨਾਮ ਹਰੀ ਸਿੰਘਪੁਰਾ ਰੱਖਿਆ ਗਿਆ ਸੀ। ਹੁਣ ਇਸ ਨੂੰ ਤਰੱਟ ਸਿੰਘਪੁਰਾ ਕਹਿੰਦੇ ਹਨ। ਤਰੱਟ ਦਾ ਮਤਲਬ ਹੁੰਦਾ ਹੈ ਅਸਮਾਨੀ ਬਿਜਲੀ। ਦੁਸ਼ਮਣਾਂ ਵਿੱਚ ਹਰੀ ਸਿੰਘ ਦਾ ਇੰਨਾ ਖੌਫ ਸੀ ਕਿ ਉਹ ਇਹਨਾਂ ਨੂੰ ਬਿਜਲੀ ਤੱਕ ਕਹਿੰਦੇ ਸੀ। ਹਰੀ ਸਿੰਘ ਨਲੂਆ ਦੀ ਸ਼ਹਾਦਤ ਤੋਂ 40 ਸਾਲ ਬਾਅਦ ਇੱਕ ਫਰਾਂਸ ਦਾ ਰਾਈਟਰ ਆਉਂਦਾ ਹੈ। ਉਹ ਆਪਣੀਆਂ ਖੋਜਾਂ ਕਰਦਾ ਹੋਇਆ ਇੱਥੇ ਪਹੁੰਚਦਾ ਹੈ ਤਾਂ ਉਹ ਆਪਣੀ ਇੱਕ ਕਿਤਾਬ ਵਿੱਚ ਲਿਖਦਾ ਹੈ ਕਿ ਜਦੋਂ ਅਫਗਾਨਾਂ ਦਾ ਕੋਈ ਬੱਚਾ ਰੋਂਦਾ ਸੀ ਤਾਂ ਉਸ ਬੱਚੇ ਦੀ ਮਾਂ ਕਹਿੰਦੀ ਸੀ, ਚੁੱਪ ਸਾਂ ਹਰੀਆ ਰਾਗਲੇ, ਜਿਸ ਦਾ ਮਤਲਬ ਹੈ ਚੁੱਪ ਕਰ ਜਾ, ਹਰੀ ਸਿੰਘ ਨਲੂਆ ਆ ਜਾਵੇਗਾ। ਇਹ ਕਿਤਾਬ ਵਿੱਚ ਸ਼ਹਾਦਤ ਤੋਂ 40 ਸਾਲ ਬਾਅਦ ਲਿਖਿਆ ਗਿਆ ਸੀ। 1892 ਵਿੱਚ ਇੱਕ ਅਖ਼ਬਾਰ ਆਉਂਦਾ ਸੀ ਟਿਟ ਬਾਈਟਸ ਦੇ ਨਾਮ ਤੋਂ। ਨੋਨਾਰਡ ਕਰੂਕੰਬ ਇਸ ਦੇ ਐਡੀਟਰ ਸੀ। ਉਸਨੇ ਇੱਕ ਸਰਵੇ ਕੀਤਾ ਸੀ ਕਿ ਦੁਨੀਆ ਦੇ ਸਭ ਤੋਂ ਮਹਾਨ ਯੋਧੇ ਕਿਹੜੇ ਹੋਏ ਹਨ। ਇਸ ਸੂਚੀ ਵਿੱਚ ਚੋਟੀ ਦੇ ਯੋਧੇ ਸ਼ਾਮਲ ਕੀਤੇ ਗਏ ਜਿਵੇਂ ਚੰਗੇਜ਼ ਖਾਨ, ਨੈਪੋਲੀਅਨ, ਸਿਕੰਦਰ, ਪਰ ਦੁਨੀਆ ਦੇ ਸਾਰੇ ਯੋਧਿਆਂ ਵਿੱਚੋਂ ਉਸਨੇ ਹਰੀ ਸਿੰਘ ਨਲੂਆ ਨੂੰ ਸਭ ਤੋਂ ਉੱਪਰ ਰੱਖਿਆ ਸੀ। ਉਸਨੇ ਛਾਪਿਆ ਸੀ ਕਿ ਦੁਨੀਆ ਦਾ ਸਭ ਤੋਂ ਮਹਾਨ ਜਰਨੈਲ ਹਰੀ ਸਿੰਘ ਨਲੂਆ ਹੈ, ਕਿਉਂਕਿ ਜਿੱਥੇ ਪਹੁੰਚ ਕੇ ਸਾਰੇ ਚੋਟੀ ਦੇ ਯੋਧੇ ਹਾਰ ਗਏ ਉਸ ਦਰਾ ਖੈਬਰ ਨੂੰ ਵੀ ਹਰੀ ਸਿੰਘ ਨਲੂਆ ਜੀ ਨੇ ਜਿੱਤ ਕੇ ਦਿਖਾਇਆ ਸੀ। ਮਹਾਰਾਜਾ ਰਣਜੀਤ ਸਿੰਘ ਜੀ ਦੇ ਪੋਤੇ ਨੌ ਨਿਹਾਲ ਦੇ ਵਿਆਹ ਸਮੇਂ ਅੰਗਰੇਜ਼ ਅਫਸਰਾਂ ਨੂੰ ਵੀ ਬੁਲਾਇਆ ਜਾਂਦਾ ਹੈ, ਜਿਸ ਕਾਰਨ ਸਾਰੇ ਸਿੱਖ ਜਰਨੈਲ ਅਤੇ ਫੌਜਾਂ ਨੂੰ ਲਾਹੌਰ ਵਿੱਚ ਬੁਲਾ ਲਿਆ ਜਾਂਦਾ ਹੈ ਤਾਂ ਜੋ ਅੰਗਰੇਜ਼ਾਂ ਨੂੰ ਸਿੱਖ ਰਾਜ ਦੀ ਤਾਕਤ ਦਿਖਾਈ ਜਾ ਸਕੇ। ਜਮਰੌਤ ਦੇ ਕਿਲੇ ਤੋਂ ਵੀ ਸਾਰੀ ਸੈਨਾ ਨੂੰ ਵਾਪਸ ਬੁਲਾ ਲਿਆ ਜਾਂਦਾ ਹੈ। ਸਿਰਫ 700 ਸੈਨਿਕ ਹੀ ਉੱਥੇ ਰਹਿਣ ਦਿੱਤੇ ਜਾਂਦੇ ਹਨ। ਹਰੀ ਸਿੰਘ ਨਲੂਆ ਉਸ ਸਮੇਂ ਬਿਮਾਰੀ ਦੇ ਕਾਰਨ ਪਿਸ਼ਾਵਰ ਵਿੱਚ ਸੀ। ਜਮਰੌਤ ਦੇ ਕਿਲੇ ਦੀ ਜ਼ਿੰਮੇਵਾਰੀ ਮਹਾਂ ਸਿੰਘ ਨੂੰ ਦਿੱਤੀ ਜਾਂਦੀ ਹੈ। ਸੈਨਿਕਾਂ ਦੀ ਘੱਟ ਗਿਣਤੀ ਦਾ ਜਦੋਂ ਮੁਹੰਮਦ ਖਾਨ ਨੂੰ ਪਤਾ ਲੱਗਦਾ ਹੈ ਤਾਂ ਉਹ ਆਪਣੇ 5 ਪੁੱਤਰਾਂ ਨੂੰ 30,000 ਸੈਨਾ ਦੇ ਕੇ ਜਮਰੌਤ ਵੱਲ ਤੋਰ ਦਿੰਦਾ ਹੈ। ਜਮਰੌਤ ਦੇ ਕਿਲੇ ਨੂੰ ਘੇਰ ਲਿਆ ਜਾਂਦਾ ਹੈ ਅਤੇ ਲੜਾਈ ਸ਼ੁਰੂ ਹੋ ਜਾਂਦੀ ਹੈ। ਜਦੋਂ ਇਸ ਲੜਾਈ ਦੀ ਖਬਰ ਹਰੀ ਸਿੰਘ ਨਲੂਆ ਤੱਕ ਪਹੁੰਚਦੀ ਹੈ ਤਾਂ ਉਹ ਆਪਣੀ ਬਿਮਾਰੀ ਦੀ ਪਰਵਾਹ ਨਾ ਕਰਦੇ ਹੋਏ ਆਪਣੇ 3,000 ਸੈਨਿਕਾਂ ਨਾਲ ਜਮਰੌਤ ਦੇ ਕਿਲੇ ਵੱਲ ਤੁਰ ਪੈਂਦਾ ਹੈ। ਹਰੀ ਸਿੰਘ ਨਲੂਆ ਨੂੰ ਦੇਖ ਕੇ ਅੱਧੇ ਅਫਗਾਨੀ ਤਾਂ ਉੱਥੋਂ ਡਰ ਕੇ ਹੀ ਭੱਜ ਜਾਂਦੇ ਹਨ ਅਤੇ ਬਾਕੀ ਕੁਝ ਮਾਰੇ ਜਾਂਦੇ ਹਨ। ਮੁਹੰਮਦ ਖਾਨ ਦੇ ਪੁੱਤਰ ਵੀ ਉੱਥੇ ਮਾਰੇ ਜਾਂਦੇ ਹਨ।
ਜਦੋਂ ਅਫਗਾਨੀ ਭੱਜਦੇ ਹਨ ਤਾਂ ਕੁਝ ਸਿੰਘ ਉਹਨਾਂ ਦੇ ਪਿੱਛੇ ਜਾਂਦੇ ਹਨ, ਜਿਨ੍ਹਾਂ ਵਿੱਚ ਭਾਈ ਨਿਦਾਨ ਸਿੰਘ ਪੰਜ ਹੱਥਾਂ ਵੀ ਹੁੰਦੇ ਹਨ। ਅਫਗਾਨੀਆਂ ਦੇ ਪਿੱਛੇ ਜਾਂਦੇ ਜਾਂਦੇ ਕਾਫ਼ੀ ਅੱਗੇ ਨਿਕਲ ਜਾਂਦੇ ਆ, ਜਿੱਥੇ ਉਹਨਾਂ ਉੱਪਰ ਫਿਰ ਦੁਬਾਰਾ ਅਫਗਾਨੀ ਹਮਲਾ ਕਰ ਦਿੰਦੇ ਆ। ਫਿਰ ਇਹਨਾਂ ਦੀ ਮਦਦ ਲਈ ਹਰੀ ਸਿੰਘ ਨਲੂਆ ਜੀ ਪਿੱਛੇ ਆਉਂਦੇ ਆ, ਪਹਾੜੀਆਂ ਵਿੱਚੋਂ ਅਫਗਾਨੀ ਉਹਨਾਂ ਉੱਪਰ ਗੋਲੀ ਚਲਾ ਦਿੰਦੇ ਆ। ਇਸ ਤਰ੍ਹਾਂ ਹਰੀ ਸਿੰਘ ਨਲੂਆ ਨੂੰ 2 ਗੋਲੀਆਂ ਲੱਗਦੀਆਂ ਹਨ, ਪਰ ਗੋਲੀ ਦੀ ਪਰਵਾਹ ਨਾ ਕਰਦੇ ਹੋਏ ਹਰੀ ਸਿੰਘ ਨਲੂਆ ਜੀ ਉਹਨਾਂ ਨੂੰ ਮਾਰ ਕੇ ਵਾਪਸ ਆਉਂਦੇ ਹਨ। ਇਹ 2 ਗੋਲੀਆਂ ਉਹਨਾਂ ਦੀ ਸ਼ਹਾਦਤ ਦਾ ਕਾਰਨ ਬਣਦੀਆਂ ਹਨ। ਸ਼ਹਾਦਤ ਤੋਂ ਪਹਿਲਾਂ ਹਰੀ ਸਿੰਘ ਨਲੂਆ ਸਿੰਘਾਂ ਨੂੰ ਹੁਕਮ ਲਗਾਉਂਦੇ ਹਨ ਕਿ ਮੇਰੀ ਮੌਤ ਦੀ ਖਬਰ ਅਫਗਾਨੀਆਂ ਤੱਕ ਨਹੀਂ ਜਾਣੀ ਚਾਹੀਦੀ, ਜਦੋਂ ਤੱਕ ਕਿ ਲਾਹੌਰ ਤੋਂ ਹੋਰ ਫੌਜ ਨਹੀਂ ਆ ਜਾਂਦੀ। ਇਸ ਲਈ ਹਰੀ ਸਿੰਘ ਨਲੂਆ ਦੀ ਮੌਤ ਦੇ ਬਾਅਦ 4 ਦਿਨ ਤੱਕ ਉਹਨਾਂ ਦੇ ਕਮਰੇ ਵਿੱਚ ਖਾਣ ਲਈ ਖਾਣਾ ਤੱਕ ਭੇਜਿਆ ਜਾਂਦਾ ਅਤੇ ਸੁੱਕਾ ਕਛਹਿਰਾ ਭੇਜਿਆ ਜਾਂਦਾ, ਜਿਸ ਨੂੰ ਪਾਣੀ ਨਾਲ ਨਿਚੋੜ ਕੇ ਸੁੱਕਣੇ ਪਾ ਦਿੱਤਾ ਜਾਂਦਾ ਹੈ, ਤਾਂ ਜੋ ਕਿਸੇ ਨੂੰ ਪਤਾ ਨਾ ਲੱਗੇ ਕਿ ਹਰੀ ਸਿੰਘ ਨਲੂਆ ਜੀ ਦੀ ਸ਼ਹਾਦਤ ਹੋ ਚੁੱਕੀ ਹੈ। ਇਸ ਤਰ੍ਹਾਂ ਇਹ ਹਰੀ ਸਿੰਘ ਨਲੂਆ ਦਾ ਨਹੀਂ ਬਲਕਿ ਪੰਜਾਬ ਦੀ ਕਿਸਮਤ ਦਾ ਐਂਡ ਹੋਇਆ ਸੀ। ਉਹਨਾਂ ਦੀ ਸ਼ਹਾਦਤ ਤੋਂ ਬਾਅਦ ਸਿੱਖ ਰਾਜ 1 ਇੰਚ ਵੀ ਨਹੀਂ ਵੱਧ ਸਕਿਆ। ਉਮੀਦ ਹੈ ਤੁਸੀਂ ਇਸ ਵੀਡੀਓ ਤੋਂ ਕੁਝ ਸਿੱਖਿਆ ਹੋਵੇਗਾ। ਮਹਾਰਾਜਾ ਰਣਜੀਤ ਸਿੰਘ ਜੀ ਦੇ ਜੀਵਨ ਬਾਰੇ ਵੀ ਆਪਾਂ ਇੱਕ ਵੀਡੀਓ ਬਣਾਈ ਹੋਈ ਹੈ, ਜੇਕਰ ਅਜੇ ਤੱਕ ਉਹ ਵੀਡੀਓ ਨਹੀਂ ਦੇਖੀ ਤਾਂ ਉਹ ਵੀਡੀਓ ਵੀ ਜ਼ਰੂਰ ਦੇਖਿਓ। ਉਸਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਅਤੇ ਆਈ ਬਟਨ ਵਿੱਚ ਮਿਲ ਜਾਏਗਾ। ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਧੰਨਵਾਦ।